ਬਹੁਤ ਅੱਛੇ ਦਰਸ਼ਨ ਹੋਇਆ ਜੀ ਤੇ ਬਸ ਅਸੀਂ ਹਮੇਸ਼ਾ ਅਰਦਾਸ ਵੀ ਬੋਲਦੇ ਹਾਂ ਨਾਨਕ ਨਾਮ ਚੰਡੀਗੜ੍ਹ ਤੇਰੇ ਬਾਣੇ ਸਤਿਗੁਰਾਂ ਸੱਚ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਕਿਰਪਾ ਹੈ। ਦੇਖ ਰਹੇ ਕਿ 24 ਘੰਟੇ ਇੱਥੇ ਲੰਗਰ ਚੱਲਦਾ ਔਰ ਲੱਖਾਂ ਦੀ ਤਾਦਾਦ 'ਚ ਲੋਕ ਆ ਰਹੇ ਔਰ ਮੈਂ ਹੁਣ ਵੀ ਮੈਂ ਆਪਣੇ ਦੋਸਤ ਨੂੰ ਦੱਸ ਰਿਹਾ ਸੀਗਾ ਉਹਨੂੰ ਦੱਸ ਰਿਹਾ ਕਿ ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਬਹੁਤ ਸਫਾਈ ਮਿਲਦੀ ਹੈ। ਕਦੇ ਵੀ ਐਵੇਂ ਫਰਸ਼ ਟੱਚ ਕਰਕੇ ਦੇਖੋਗੇ ਕਦੇ ਹੱਥ ਤੁਹਾਨੂੰ ਮਿੱਟੀ ਨਜ਼ਰ ਨਹੀਂ ਆਈ ਜਾਂ ਪਿਆਰ ਦੀ ਮਿੱਟੀ ਨਜ਼ਰ ਆਏਗੀ ਤੇ ਇੰਨੀ ਸ਼ਰਧਾਲੂ ਸੇਵਾ ਇੱਥੇ ਲੋਕ ਕਰਦੇ ਨੇ ਚਲੋ ਸੇਵਾ ਕਰਦੇ ਨੇ ਸੋ ਮੈਂ ਬਹੁਤ ਹੀ ਖੁਸ਼ ਮਹਿਸੂਸ ਕਰ ਰਿਹਾ। ਮੈਂ ਬੜਾ ਲੱਕੀ ਹਾਂ ਕਿ ਮੈਂ ਸਿੱਖ ਪਰਿਵਾਰ 'ਚ ਪੈਦਾ ਹੋਇਆ ਔਰ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਹਮੇਸ਼ਾ ਅੱਛੀ ਬਾਣੀ ਸੁਣਨ ਦਾ ਮੌਕਾ ਮਿਲਦਾ ਔਰ ਅੱਛਾ ਗਿਆਨ ਮਿਲਦਾ ਅੱਛਾ ਕੁਛ ਕਰਨ ਦਾ ਮੌਕਾ ਮਿਲਦਾ। ਕੈਨੇਡਾ ਦੇ ਪ੍ਰਧਾਨ ਮੰਤਰੀ ਦਲਜੀਤ ਦੋਸਾਂਝ ਨੂੰ ਦੋ ਸਮਾਨਤਾ ਪਰ ਇੱਥੇ ਉਹ ਗੱਲ ਕਰਨ ਦੀ ਗੱਲ ਨਹੀਂ ਹੈ। Subscribe to One India channel and never miss an update.